ਤਿਬੜੀ ਰੋਡ ਸਥਿਤ ਇੱਕ ਰੈਸਟੋਰੈਂਟ ਵਿੱਚ ਇੱਕ ਚੋਰ ਵੱਲੋਂ ਚੋਰੀ ਦੀ ਨੀਅਤ ਨਾਲ ਦੇਰ ਰਾਤ ਤਾਲੇ ਤੋੜ ਦਿੱਤੇ ਗਏ ਪਰ ਚੋਰੀ ਨਾ ਕਰ ਪਾਇਆ। ਇਸ ਚੋਰੀ ਦਾ ਖੁਲਾਸਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੇ ਕੀਤਾ। ਜਾਣਕਾਰੀ ਦਿੰਦਿਆਂ ਰੈਸਟੋਰੈਂਟ ਵਿੱਚ ਕੰਮ ਕਰਦੇ ਲੜਕਿਆਂ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਇੱਕ ਚੋਰ ਚੋਰੀ ਕਰਨ ਦੇ ਲਈ ਆਇਆ ਸੀ ਪਰ ਕਿਸੇ ਰਾਹਗੀਰ ਨੂੰ ਆਉਂਦਾ ਵੇਖ ਡਰ ਦੇ ਨਾਲ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਚੋਰ ਰੈਸਟੋਰੈਂਟ ਦੇ ਅੰਦਰ ਚਲਾ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਦੇ ਲਈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਬੜੀ ਰੋਡ 'ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਰੋਡ 'ਤੇ ਰਾਤ ਵੇਲੇ ਬਹੁਤ ਹਨੇਰਾ ਹੁੰਦਾ ਹੈ। ਇਸ ਦੇ ਲਈ ਉਹਨਾਂ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਹੈ ਕਿ ਸਟਰੀਟ ਲਾਈਟਾਂ ਨੂੰ ਵੀ ਜਗਾਇਆ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਭਾਜੀ ਦੀਪੂ ਹੈ। ਕੀ ਮਸਲਾ ਹੋਇਆ ਜੀ? ਭਾਜੀ ਸਾਡੇ ਬੀਤੀ ਰਾਤ ਦੀ ਗੱਲ ਹੈ, ਸਾਡੇ ਨਾਲ ਰੈਸਟੋਰੈਂਟ ਕੋਈ ਤਾਲੇ ਤੋੜ ਗਿਆ ਅਤੇ ਸਾਨੂੰ ਇਨਸਾਫ ਚਾਹੀਦਾ। ਆਪਾਂ 2:30 ਵਜੇ ਸੁੱਤੇ ਹਾਂ ਅਤੇ 3 ਵਜੇ ਬੰਦਾ ਸਾਡੇ ਤਾਲੇ ਤੋੜ ਗਿਆ। ਕਿਸੇ ਵਾਹਨ ਦੇ ਆਉਣ ਕਰਕੇ ਉਹਨੇ ਲੁੱਕ ਗਿਆ। ਫਿਰ ਉਹਨੇ ਬੜੀ ਕੋਸ਼ਿਸ਼ ਕੀਤੀ ਅੰਦਰ ਜਾਣ ਦੀ, ਉਹ ਅੰਦਰ ਜਾਣ ਨੂੰ ਨਾਕਾਮਯਾਬ ਹੋ ਗਿਆ। ਕੋਈ ਭਾਜੀ ਜਾਣਾ ਪਹਿਚਾਣਾ ਬੰਦਾ ਨਹੀਂ ਅਤੇ ਸਾਨੂੰ ਨਾ ਭਾਜੀ ਇੱਥੇ ਕੋਈ ਲਾਈਟ ਵਗੈਰਾ ਲੱਗੀ ਨਾ ਕੁਛ। ਜੇ ਕੱਲ੍ਹ ਨੂੰ ਸਾਡੇ ਅੰਦਰ ਚੱਲ ਜਾਂਦਾ ਸਾਡਾ ਨੁਕਸਾਨ ਕਰ ਦਿੰਦਾ ਅਤੇ ਆਪਾਂ ਕਿੱਥੋਂ ਭਰਪਾਈ ਕਰਨੀ ਜੀ? ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਚਾਹੁੰਦੇ ਹਾਂ ਕਿ ਸਾਡੇ ਤਿਬੜੀ ਰੋਡ 'ਤੇ ਪੁਲਿਸ ਸਖਤਾਈ ਵਧਾਈ ਜਾਵੇ। ਮੇਰਾ ਨਾਮ ਸਰ ਦੀਪਕ ਕੁਮਾਰ ਹੈ। ਮੇਰਾ ਸਰ ਮਕੇਰੀਆਂ 'ਤੇ ਹੈ, ਇੱਥੇ ਸਾਡਾ ਰੈਸਟੋਰੈਂਟ ਐਸ ਸਟੋਪ ਤਿਬੜੀ ਰੋਡ 'ਤੇ। ਅਤੇ ਸਰ ਬੀਤੀ ਰਾਤ 3 ਵਜੇ ਕੋਈ ਆਣ ਕੇ ਸਾਡੇ ਰੈਸਟੋਰੈਂਟ ਦੇ ਤਾਲੇ ਤੋੜ ਗਿਆ ਅਤੇ ਬਾਹਾਂ ਦੀ ਲਾਈਟ ਪੈਣ ਕਰਕੇ ਉਹ ਮਤਲਬ ਅੰਦਰ ਆਉਣ ਦੇ ਨਹੀਂ ਨਾਕਾਮਯਾਬ ਹੋਇਆ। ਉਹ ਬਾਹਾਂ ਦੀ ਲਾਈਟ ਪੈਣ ਕਰਕੇ ਉਹ ਭੱਜ ਗਿਆ। ਜਦੋਂ ਆਪਾਂ ਸਵੇਰੇ 9 ਵਜੇ ਆਏ ਹਾਂ ਰੈਸਟੋਰੈਂਟ, ਦੇਖਿਆ ਤਾਲੇ ਟੁੱਟੇ ਆ ਅਤੇ ਸਰ ਆਪਾਂ ਆਪਣੇ ਅੰਦਰ ਸੀਸੀਟੀਵੀ ਫੁਟੇਜ ਚੈੱਕ ਕੀਤੀ ਹੈ, ਉਹਦੇ ਅੰਦਰ ਉਹ ਸਿੰਗਲ ਬੰਦਾ ਸੀਗਾ ਅਤੇ 3 ਵਜੇ ਇਹਨਾਂ ਨੇ ਤਾਲੇ ਤੋੜੇ ਆ। ਉੱਦਾਂ ਬਾਹਰ ਰੋਡ ਬਾਹਰ ਆਉਣ ਕਰਕੇ ਉਹ ਨਾਕਾਮਯਾਬ ਰਿਹਾ ਅਤੇ ਭੱਜ ਗਿਆ। ਅਸੀਂ ਪ੍ਰਸ਼ਾਸਨ 'ਤੇ ਇਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਪੁਲਿਸ ਦੀ ਚੌਕਸੀ ਵਧਾਈ ਜਾਵੇ ਇੱਥੇ ਤਾਂ ਜੋ ਇੱਥੇ ਵਾਰਦਾਤ ਨਾ ਹੋਣ। ਅਤੇ ਇੱਥੇ ਲਾਈਟਾਂ ਵੀ ਲੱਗੀਆਂ ਆ ਅਤੇ ਲਾਈਟਾਂ ਚੱਲਦੀਆਂ ਨਹੀਂ ਆ। ਪ੍ਰਸ਼ਾਸਨ 'ਤੇ ਇਹੀ ਮੰਗ ਕਰਨੀ ਹੈ ਕਿ ਲਾਈਟਾਂ ਵੀ ਚਲਾਈਆਂ ਜਾਣ।